Respected Principal Sir, worthy colleagues and dear students, good morning to all of you. Students, today's root word of the day is mem. M-E-M. What is it? Mem. It has been taken from Latin's word meminis and its meaning is to remember. Meaning kya hai mem ka? To remember. Yaad rakhna. And the sentence of the day is Children's Day is celebrated in the memory of Pandit Jawaharlal Nehru. Jo Children's Day hai, o Pandit Jawaharlal Nehru di memory which manaya janda hai. Related words. First word is memory. Memory is ability to remember or recall. Memory ka matlab hunda hai yaadash. असी आम तौर पे कहते हाँ कि इस बच्चे की मैमरी बहुत शार्प है, बहुत तेज है, कि इस बच्चे नो असी एक महीना पहला कोई टॉपिक पढ़ाया जो उसको आज पूछिए तो आज भी सुना सकता है. इसका मतलब कि उसकी याददाश्त बहुत तेज है. सेकेंड वर्ड है मेमोराइज. ओ आर आई जेड ई. मेमोराइज. मेमोराइज इसका मतलब यह होता है कि असी किसी भी चीज को इस तरीके के नाल याद करिए कि जो असी चाहिए उस चीज को रिकॉल कर सकिए या उसको दोबारा चेते सानू आ जाए, याद आ जाए. याद रखना उसको कहते हैं मेमोराइज करना. मींस जदा आप सेंटेंस के रूप में देखते हैं कि ही ट्राइज टू मेमोराइज अ फेमस पोएम. ਉਹਨੇ ਇੱਕ ਉਹ ਇੱਕ ਫੇਮਸ ਪੋਇਮ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰਦਾ ਹੈ. ਉਹਨੂੰ ਕਹਿੰਦੇ ਆ ਮੈਮੋਰਾਈਜ਼. ਥਰਡ ਵਰਡ ਹੈ ਰਿਮੈਂਬਰ. ਰਿਮੈਂਬਰ ਦਾ ਮਤਲਬ ਹੈ ਕਿ ਕਿਸੇ ਇਮੇਜ ਨੂੰ ਆਪਣੀ ਮੈਮਰੀ ਦੇ ਵਿੱਚ ਲੈ ਜਾਣਾ ਔਰ ਉਸਨੂੰ ਬਾਅਦ ਵਿੱਚੋਂ ਜਦੋਂ ਦਿਲ ਕਰੇ ਰਿਕਾਲ ਕਰ ਲੈਣਾ. ਇਹਦਾ ਮਤਲਬ ਵੀ ਯਾਦ ਰੱਖਣਾ ਹੁੰਦਾ ਹੈ. ਥਰਡ ਵਰਡ ਕਿਹੜਾ ਹੈ ਬੋਲੋ? ਰਿਮੈਂਬਰ. ਰਿਮੈਂਬਰ ਦਾ ਮਤਲਬ ਕੀ ਹੈ? ਯਾਦ ਰੱਖਣਾ. ਤੇ ਫੋਰਥ ਵਰਡ ਹੈ ਬੇਟਾ ਰਿਮੈਂਬਰੈਂਸ. ਰਿਮੈਂਬਰੈਂਸ ਹੁੰਦਾ ਹੈ ਐਕਟ ਆਫ ਰਿਮੈਂਬਰਿੰਗ ਸਮ ਪਾਸਟ ਇਵੈਂਟ ਜਾਂ ਔਰ ਅ ਪਰਸਨ ਹੂ ਇਜ਼ ਡੈਡ. ਕਿ ਕੋਈ ਅਤੀਤ ਦੇ ਵਿੱਚ ਕੋਈ ਘਟਨਾ ਵਾਪਰੀ ਹੋਈ ਹੈ ਜਾਂ ਕੋਈ ਪਰਸਨ ਜਿਹੜਾ ਗੁਜ਼ਰ ਚੁੱਕਾ ਹੈ ਉਸ ਦੀ ਯਾਦ, ਉਸ ਦੀ ਸਮ੍ਰਿਤੀ ਜਾਂ ਇਹਨੂੰ ਯਾਦਗਾਰ ਵੀ ਕਹਿ ਦਿੰਦੇ ਹਾਂ ਰਿਮੈਂਬਰੈਂਸ. ਠੀਕ ਹੈ. ਜਿੱਦਾਂ ਅਸੀਂ ਕਹਿ ਦਿੰਦੇ ਹਾਂ ਕਿ ਆਪਾਂ ਸ਼ਹੀਦ ਭਗਤ ਸਿੰਘ ਜੀ ਸਾਡੇ ਬਹੁਤ ਹੀ ਆਦਰਨੀਯ ਇੱਕ ਸ਼ਹੀਦ ਹੋਏ ਹਨ, ਉਹਨਾਂ ਦੀ ਯਾਦ ਵਿੱਚ ਕੀ ਬਣਿਆ ਹੋਇਆ ਹੈ? ਇੱਕ ਤੁਹਾਨੂੰ ਯਾਦ ਪਤਾ ਹੈ ਮਿਊਜ਼ੀਅਮ ਬਣਿਆ ਹੋਇਆ ਹੈ ਉਹਨਾਂ ਦੀ ਰਿਮੈਂਬਰੈਂਸ ਦੇ ਵਿੱਚ. ਕਿੱਥੇ? ਖਟਕੜ ਕਲਾਂ ਦੇ ਵਿੱਚ. ਤੇ ਰਿਮੈਂਬਰੈਂਸ ਦੇ ਵਿੱਚ ਅਸੀਂ ਇਹ ਵੀ ਸੋਚ ਸਕਦੇ ਹਾਂ ਕਿ ਗਵਰਨਮੈਂਟ ਟਾਈਮ ਟੂ ਟਾਈਮ ਅਲੱਗ ਅਲੱਗ ਜਿਹੜੀਆਂ ਫੇਮਸ ਪਰਸਨੈਲਿਟੀਜ਼ ਹੈ ਉਹਨਾਂ ਦੀ ਰਿਮੈਂਬਰੈਂਸ ਦੇ ਵਿੱਚ ਐਕਟੀਵਿਟੀਜ਼ ਆਰਗੇਨਾਈਜ਼ ਕਰਦੀ ਹੈ ਸਾਡੇ ਸਕੂਲਸ ਦੇ ਵਿੱਚ. ਤੇ ਚਾਰ ਵਰਡਸ ਕਿਹੜੇ ਹੋ ਗਏ? ਮੈਮਰੀ, ਮੈਮੋਰਾਈਜ਼, ਰਿਮੈਂਬਰ ਤੇ ਰਿਮੈਂਬਰੈਂਸ. ਤੇ ਅੱਜ ਦਾ ਜਿਹੜਾ ਪੰਜਾਬੀ ਦਾ ਵਰਡ ਹੈ ਉਹ ਹੈ ਛੰਨਾ. ਛੰਨਾ ਇੱਕ ਖੁੱਲ੍ਹੇ ਮੂੰਹ ਵਾਲਾ ਕਟੋਰਾ ਹੁੰਦਾ ਹੈ ਜਿਸ ਦੇ ਵਿੱਚ ਜੋ ਕਿ ਪਿੱਤਲ, ਤਾਂਬੇ, ਕਾਂਸੇ ਦਾ ਬਣਿਆ ਹੁੰਦਾ ਹੈ. ਤੇ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਲੱਸੀ, ਦੁੱਧ ਜਾਂ ਫਿਰ ਖਿਚੜੀ ਇੱਦਾਂ ਦੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਯੂਜ਼ ਕਰਦੇ ਹਾਂ, ਉਸ ਪਰਪਸ ਲਈ ਆਪਾਂ ਯੂਜ਼ ਕਰਦੇ ਹਾਂ. ਤੇ ਨੋਰਮਲੀ ਇਹ ਇਸਦੀ ਬਣਤਰ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜੇ ਕੋਈ ਗਰਮ ਚੀਜ਼ ਛੰਨੇ ਦੇ ਵਿੱਚ ਪਾ ਦਿੱਤੀ ਜਾਏ